ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਜਦੋਂ ਵੀ ਇਨਸਾਫ ਦੀ ਗੱਲ ਕਰਦੇ ਹਾਂ, ਦੁਨੀਆਂ ਦੇ ਵਿੱਚ ਜਾ ਕੇ ਸੀਰੀਆ ਦੇ ਬਾਰਡਰ ਵਿੱਚ, ਅਸੀਂ ਕਦੇ ਸੀਰੀਆ ਦੇਸ਼ ਵਿੱਚ ਨਹੀਂ ਗਏ ਪਰ ਬਾਰਡਰ ਤੇ ਕੰਮ ਕਰਦੇ ਹਾਂ, ਇਰਾਕ ਦੇ ਵਿੱਚ, ਟਰਕੀ ਵਿੱਚ, ਲੈਬਨ ਬਾਰਡਰ ਸਾਈਡ ਤੇ ਕੰਮ ਕਰਦੇ। ਉਹ ਸਾਨੂੰ ਪੁੱਛਦੇ ਸੀ ਕਿੱਥੋਂ ਆਏ ਆ, ਕੌਣ ਆ ਤੁਸੀਂ, ਅਸੀਂ ਦੱਸਦੇ ਗੁਰੂ ਨਾਨਕ ਦੇਵ ਬਾਰੇ। ਗੁਰੂ ਨਾਨਕ ਦੇਵ ਜੀ ਦਾ ਮੈਸੇਜ ਸੀ ਸਰਬੱਤ ਦਾ ਭਲਾ, ਸੱਚਾਈ ਦਾ, ਤੇ ਸਾਰੀ ਦੁਨੀਆ ਸਰਬੱਤ, ਇੱਕ ਇਨਸਾਨੀਅਤ। ਅੱਜ ਅਫਸੋਸ ਦੀ ਗੱਲ ਆ, ਸਾਡੇ ਵਿੱਚ ਕੋਈ ਸਿੱਖ ਆ ਜਿਹੜੇ ਰਿਫਿਊਜੀਆਂ ਦੇ ਕੱਲੀ ਪਿੱਠ ਨਹੀਂ ਦਿਖਾਉਂਦੇ ਪਰ ਰਿਫਿਊਜੀਆਂ ਵੱਲ ਉਂਗਲਾਂ ਚੱਕਦੇ ਆ, ਭਈ ਇਹਨਾਂ ਨੂੰ ਮਦਦ ਨਹੀਂ ਕਰਨੀ ਚਾਹੀਦੀ ਇਹਨਾਂ ਦੀ। ਤੇ ਜੇ ਉਹੀ ਰਿਫਿਊਜੀ ਤੁਹਾਡੇ ਇੱਥੇ, ਤੇ ਜੇ ਅੱਜ ਗੁਰਦੁਆਰੇ ਸਾਹਿਬ, ਲੋਕਲ ਗੁਰਦੁਆਰਾ, ਜਿੱਥੇ ਮਰਜ਼ੀ ਗੁਰਦੁਆਰਾ ਹੋਵੇ ਤੇ ਗੁਰੂ ਨਾਨਕ ਜੀ ਵੀ ਬੈਠੇ ਹੋਣ ਉੱਥੇ, ਤੇ ਕੋਈ ਰਿਫਿਊਜੀ ਆਵੇ, ਸੀਰੀਆ ਦਾ ਰਿਫਿਊਜੀ ਆਵੇ ਜਾਂ ਕੋਈ ਇਰਾਕ ਦਾ ਲੰਗਰ ਛਕਣ ਲਈ, ਤੇ ਗੁਰੂ ਸਾਹਿਬ ਧੱਕਾ ਮਾਰੂਗਾ ਉਹਨਾਂ ਨੂੰ, ਧੱਕਾ ਮਾਰ ਕੇ ਕੱਢੂਗੇ ਬਾਹਰ ਉਹਨਾਂ ਨੂੰ, ਭਾਈ ਤੁਸੀਂ ਨਿਕਲ ਜਾਓ ਇੱਥੇ, ਸੀਰੀਆ ਨਾ ਤੁਸੀਂ। ਪਰ ਅਸੀਂ ਕਿਉਂ ਧੱਕਾ ਮਾਰਦੇ ਹਾਂ ਫਿਰ, ਅਸੀਂ ਕਿਉਂ ਏਦਾਂ ਦੀ ਕੋਈ ਲਹਿਰ ਦੇ ਪਿੱਛੇ ਪੈਂਦੇ ਆ ਜਿਹੜੇ ਇਨਸਾਨੀਅਤ ਦੇ ਖਿਲਾਫ ਆ। ਅਸੀਂ ਕਦੀ ਇਨਸਾਨੀਅਤ ਦੇ ਖਿਲਾਫ ਨਹੀਂ ਰਹੇ, ਸਿੱਖ 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 ਦੇ ਰਹਿੰਦੇ, ਸਿੱਖ ਸਰਬੱਤਾ ਭਲਾ ਮੰਗਦੇ। ਪਰ ਅੱਜ ਕੋਈ ਸਿੱਖ ਹੈਗੇ ਆ ਜਿਹੜੇ ਅੱਜ ਇਨਸਾਨੀਅਤ ਦੇ ਖਿਲਾਫ ਹੋ ਕੇ, ਉਹ ਇਨਸਾਨਾਂ ਦੀਆਂ ਟੀਸ਼ਰਟਾਂ ਪਾਈਆਂ, ਜਿਹੜੇ ਇਨਸਾਨੀਅਤ ਨੂੰ ਨਫ਼ਰਤ ਕਰਦੇ ਆ, ਜਿਹੜੇ ਦੂਜੇ ਕੋਈ ਧਰਮ ਨੂੰ ਨਫ਼ਰਤ ਕਰਦੇ ਆ, ਸਾਨੂੰ ਵੀ ਨਫ਼ਰਤ ਵਿੱਚ ਵਾੜ ਦਿੱਤਾ, ਅਸੀਂ ਵੀ ਰਿਫਿਊਜੀ ਰਹੇ 47 ਵਿੱਚ, 84 ਵਿੱਚ। ਤੁਹਾਨੂੰ ਸਾਨੂੰ ਪਤਾ ਹੋਣਾ ਚਾਹੀਦਾ, ਸਾਡੇ ਵੀ 3-4 ਘੱਲੂਘਾਰੇ ਹੋਏ ਆ, ਉਧਰ ਵੀ ਘੱਲੂਘਾਰੇ ਅਜ਼ੀਦੀ ਦਾ ਹੋਇਆ 2014 ਵਿੱਚ, ਜਿਹਦੇ ਉੱਪਰ ਬੀਤੀਆਂ ਉਹਨੂੰ ਪਤਾ ਹੁੰਦਾ, ਸਾਡੇ ਉੱਪਰ ਬੀਤੀਆਂ ਤੇ ਤਾਂ ਵੀ ਅਸੀਂ ਉਂਗਲਾਂ ਚੁਕਾਉਂਦੇ ਭਾਈ ਤੂੰ ਸਿਹਰੀ ਇੰਨਾ ਤੇ ਇੰਨਾ, ਅਸੀਂ ਗੱਲ ਤੇਰੀ ਮਦਦ ਨਹੀਂ ਕਰਨੀ। ਅੱਜ ਇੱਥੇ ਅਸੀਂ 550 ਸਾਲ ਮਨਾ ਰਹੇ ਹਾਂ, ਕੀ ਫਾਇਦਾ ਹੋਊਗਾ ਤੁਹਾਨੂੰ, ਕੀ ਫਾਇਦਾ ਹੋਊਗਾ ਨਵੀਂ ਪੀੜ੍ਹੀ ਨੂੰ? ਫਾਇਦਾ ਇਨਸਾਨੀਅਤ ਤੌਰ ਤੇ ਹੋਣਾ, ਦੁਨੀਆਂ ਦਾ ਭਲਾ ਤੁਸੀਂ ਮੰਗਦੇ ਰੋਜ਼ ਅਰਦਾਸਾਂ ਦੇ ਵਿੱਚ, ਇਹ ਭਲੇ ਨਾਲ ਖਾਲਸਾ ਏਡ ਚੱਲੀ ਆ, ਤੁਹਾਡੇ ਪਿਆਰ ਨਾਲ ਚੱਲੀ ਆ। ਜੇ ਤੁਸੀਂ ਦੁਨੀਆਂ ਵਿੱਚ ਨਫ਼ਰਤ ਲੱਗ ਜਾਣੀ ਆ, ਤੁਹਾਨੂੰ ਨਫ਼ਰਤ ਮਿਲੂਗੀ। ਹੁਣ ਜਿਹੜੇ ਅਜ਼ੀਦੀ ਲੋਕ ਸਾਨੂੰ ਦੇਖ ਕੇ ਡਰਦੇ ਸੀ ਇਰਾਕ ਦੇ ਵਿੱਚ ਪੱਗਾਂ ਦਾੜੀਆਂ, ਕਿਉਂਕਿ ਉਹਦਾ ਸ਼ਿਕਾਰ ਉਹਨੇ ਖੇਲਿਆ ਸੀਗਾ ਆਈਸਿਸ ਨੇ, ਪੱਗਾਂ ਦਾੜੀਆਂ, ਬਹੁਤ ਹੀ ਕਹਿਰ ਕੀਤਾ ਉਹਨਾਂ ਉੱਪਰ ਪੱਗਾਂ ਦਾੜੀਆਂ ਵਾਲਿਆਂ ਨੇ। ਪਹਿਲਾਂ ਸਾਡੇ ਤੋਂ ਡਰਦੇ ਸੀਗੇ, ਅੱਜ ਤੁਸੀਂ ਜਾ ਕੇ ਦੇਖੋ ਇਰਾਕ ਦੇ ਵਿੱਚ ਸਾਡੇ ਨਾਲ, ਅੱਜ ਅਜ਼ੀਦੀ ਲੋਕਾਂ ਨੇ ਆਪਣੇ ਧਾਰਮਿਕ ਗਾਣੇ ਵਿੱਚ ਸਿੱਖਾਂ ਦੀਆਂ ਫੋਟੋਆਂ ਲਾਈਆਂ, ਭਈ ਸਾਡੀ ਮਦਦ ਕਰਨ ਲਈ ਇਹ ਕੌਮ ਆਈ ਆ, ਤੁਸੀਂ ਕੀਤਾ ਸਾਰਾ ਕੁਛ। ਸੋ ਤੁਸੀਂ ਉਹੀ, ਪਹਿਲਾਂ ਮੈਂ ਅੰਗਰੇਜ਼ੀ ਚ ਵੀ ਕਿਹਾ ਸੀਗਾ, ਕਈ ਵਾਰੀ ਅਸੀਂ ਗੁਰਦੁਆਰੇ ਜਾਈਦਾ, ਸਾਨੂੰ ਕਹਿੰਦੇ ਤੁਸੀਂ ਏਦਾਂ ਦੀ ਗੱਲ ਨਹੀਂ ਕਰਨੀ, 84 ਦੀ ਗੱਲ ਨਹੀਂ ਕਰਨੀ, ਸਾਰੀ ਦੁਨੀਆਂ ਦੀ ਗੱਲ ਕਰ ਲਓ, ਪਰ 84 ਦੀ, ਇਨਸਾਨੀਅਤ ਦੀ, ਝੂਠੇ ਮੁਕਾਬਲਿਆਂ ਦੀ ਉਹ ਗੱਲ ਨਾ ਤੁਸੀਂ ਕਰੋ, ਬਾਕੀ ਸਾਰੀ ਗੱਲ ਕਰ ਲਓ। ਮੈਂ ਕਿਹਾ ਤੁਸੀਂ ਏਦਾਂ ਕਰ ਲਓ, ਤੁਸੀਂ ਆਪਣਾ ਸਟੇਜ ਹੀ ਰੱਖ ਲਓ, ਫਿਰ ਸਾਨੂੰ ਲੋੜ ਨਹੀਂ। ਅਸੀਂ 20 ਸਾਲ ਦੇ ਵਿੱਚ ਸਾਰੀ ਇਨਸਾਨੀਅਤ ਦੀ ਗੱਲ ਕੀਤੀ, 20 ਸਾਲ ਦੇ ਵਿੱਚ ਸਾਰੀ ਇਨਸਾਨੀਅਤ ਦੀ ਗੱਲ ਕੀਤੀ ਆ, ਉਹਦੇ ਵਿੱਚ ਇੱਕ ਹੀ ਸਾਡਾ ਮੈਸੇਜ ਆ ਹਿਮੈਨਤੀ ਦਾ, ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ, ਨਾ ਸਿੱਖ, ਨਾ ਹਿੰਦੂ, ਨਾ ਈਸਾਈ, ਨਾ ਮੁਸਲਮਾਨ, ਨਾ ਬੁੱਧਿਸਟ, ਸਾਡੇ ਲਈ ਸਾਰੇ ਇੱਕ ਆ। ਸਾਡੇ ਖਿਲਾਫ ਬਹੁਤ ਝੂਠੀਆਂ ਕੈਂਪੇਨ, ਨਫ਼ਰਤ ਸਾਡੇ ਕੈਂਪੇਨ ਹੁੰਦੀਆਂ, ਬਾਕੀ ਜਥੇਬੰਦੀਆਂ ਸਾਨੂੰ ਕਹਿੰਦੇ ਵੀ ਤੁਹਾਡੀ ਇੰਡੀਅਨ ਸਰਕਾਰ ਤੁਹਾਡੇ ਖਿਲਾਫ ਆ। ਮੈਂ ਕਿਹਾ ਅਸੀਂ ਉਹਦੇ ਗਾਈਡਲਾਈਨ ਸਾਨੂੰ ਫੋਲੋ ਕਰਨੀਆਂ ਪੈਂਦੀਆਂ, ਸਾਨੂੰ ਹਰ ਵਾਰੀ ਗਾਈਡਲਾਈਨ ਗੱਲ ਹੁੰਦੀਆਂ, ਪਰ ਜਿਹੜੇ ਸਾਡੇ ਅਸਲੀ ਖਿਲਾਫ ਆ, ਪੱਗਾਂ ਦਾੜੀਆਂ ਵਾਲੇ ਵਿੱਚ ਹੈਗੇ ਆ, ਜਾਂ ਸਾਨੂੰ ਖਿੱਚ ਲੱਤਾਂ ਸਾਡੀਆਂ ਖਿੱਚਦੇ ਆਪਣੇ ਹੀ ਆ, ਜਾਵੇ ਇੰਨੇ ਝੂਠ ਬੋਲਦੇ ਸਾਡੇ ਸਾਹਮਣੇ, ਪਿੱਠ 'ਚ ਛੁਰੀਆਂ ਮਾਰਦੇ ਸਾਡੇ ਪਿੱਛੇ, ਮੋਹਰੇ ਮਿੱਠੀਆਂ ਮਿੱਠੀਆਂ ਗੱਲਾਂ, ਸਾਨੂੰ ਨਾ ਕੋਈ ਕਿਸੇ ਚੀਜ਼ ਦਾ ਲਾਲਚ ਆ, ਨਾ ਕੁਰਸੀ ਦਾ ਲਾਲਚ ਆ, ਇਹੀ ਸਾਨੂੰ ਲਾਲਚ ਸੀਗਾ ਭਾਈ ਦੁਨੀਆਂ ਵਿੱਚ ਸਿੱਖਾਂ ਦਾ ਕੁਛ ਬਣ ਜਾਵੇ। ਤੇ 20 ਸਾਲ ਦੇ ਵਿੱਚ ਤੁਸੀਂ ਦੁਨੀਆਂ ਦਿਖਾਤਾ, ਖਾਲਸਾ ਇੱਕ ਇੰਨਾ ਇੰਸਟੀਟਿਊਸ਼ਨ ਬਣ ਗਿਆ ਤੁਹਾਡਾ, ਸਿੱਖਾਂ ਦਾ ਇੰਨਾ ਤਕੜਾ ਇੰਸਟੀਟਿਊਸ਼ਨ, ਅਸੀਂ ਸਾਰੀ ਦੁਨੀਆਂ ਵਿੱਚ ਜਾ ਕੇ ਭਲਾਈ ਸਾਰਾ ਕੁਛ ਉੱਥੇ ਜਾ ਕੇ ਏਡ ਜਿਹੜੀ ਡਿਲੀਵਰ ਕਰਨੀ ਹੋਵੇ, ਉੱਥੇ ਖਾਣਾ ਪੀਣਾ, ਸਰਬੱਤ ਦੇ ਭਲੇ ਦਾ ਮੈਸੇਜ, ਅਸੀਂ ਕੇਪੇਬਲ ਹੋ ਗਏ ਹਾਂ ਤੁਹਾਡੇ ਕਰਕੇ, ਜਿੰਨਾ ਸਾਨੂੰ ਤੁਸੀਂ ਤਕੜਾ ਕਰੋਗੇ। ਤੇ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦਾ, ਅੱਜ ਜਿਹੜੇ ਭਾਈ ਹੜ੍ਹ ਦੇ ਵਿੱਚ, ਪੰਜਾਬ ਦੇ ਹੜ੍ਹ ਆਇਆ, ਅਸੀਂ ਮੈਂ ਹਰ 2-3 ਨੂੰ ਮੈਸੇਜ ਦਿੰਦਾ, ਕਿਉਂਕਿ ਮੈਂ ਹਰ ਜਥੇ ਮੈਨੂੰ ਕਹਿੰਦਾ ਦੱਸੋ ਕਿੰਨੇ ਪੈਸੇ ਇਕੱਠੇ, ਸਾਡੇ ਇਸ ਵੇਲੇ 7.5 ਲੱਖ ਪੌਂਡ ਇਕੱਠਾ ਹੋਇਆ,
ਕੈਨੇਡਾ ਤੋਂ, ਅਮਰੀਕਾ ਤੋਂ, ਯੂਕੇ ਤੋਂ ਹਾਲ ਤੱਕ ਆਸਟ੍ਰੇਲੀਆ ਬੁਲਾਰੇ ਆ ਰਹੇ ਆ, ਜਿੰਨਾ ਤੁਸੀਂ ਜਿੰਨਾ ਤੁਸੀਂ ਜਿੰਨਾ ਤੁਸੀਂ ਮਦਦ ਕਰੋਗੇ ਓਨਾ ਹੀ ਪੰਜਾਬ ਤੇ ਲੱਗੂਗਾ ਪੈਸਾ, ਇਹ ਸਾਡੀ ਗਾਰੰਟੀ। ਪਰ ਅੱਜ ਅਸੀਂ 550 ਸਾਲ ਮਨਾ ਰਹੇ ਹਾਂ, ਮੈਸੇਜ ਕੀ ਲੈ ਕੇ ਜਾਓਗੇ ਤੁਸੀਂ ਆਪਣੀ ਦੁਨੀਆ ਦਾ? ਇੱਥੇ ਗੁਰੂ ਨਾਨਕ ਦੇਵ ਦਾ ਮੈਸੇਜ ਕੀ ਤੁਹਾਡੇ ਲਈ ਹੋਊਗਾ, ਤੁਹਾਡੀ ਨੌਜਵਾਨ ਪੀੜ੍ਹੀ ਲਈ, ਤੁਹਾਡੇ ਲਈ? ਜੋ ਸਾਡਾ ਹੱਥ ਚ ਨਹੀਂ ਗਾ, ਕਈ ਵਾਰ ਕਹਿੰਦੇ ਕੀ ਕਰ ਸਕਦੇ ਹਾਂ ਅਸੀਂ, ਸਾਡੇ ਵਿੱਚ ਇੰਨਾ ਪਿਆਰ ਆ, ਸੇਵਾ ਆ, ਸੇਵਾ ਭਾਵਨਾ ਆ, ਸੇਵਾ ਦਿਨ ਦਿਹਾੜੀ ਚੱਲਦੀ ਆ। ਅੱਜ ਇਹ ਤੁਸੀਂ ਮੈਸੇਜ ਲੈ ਕੇ ਜਾਓ ਭਾਈ, ਤੁਸੀਂ ਗੁਰੂ ਨਾਨਕ ਦੇ ਸਿੱਖ ਆ, ਤੁਸੀਂ ਇਨਸਾਨੀਅਤ ਤੌਰ ਤੇ ਤਿਆਰ ਬਾਰ ਤਿਆਰ ਆ, ਅਸਲੀ ਖਾਲਸੇ ਆ, ਤੁਸੀਂ ਕਿਸੇ ਧਰਮ ਨੂੰ, ਕਿਸੇ ਰਫਿਊਜੀ ਨੂੰ, ਕਿਸੇ ਇਨਸਾਨ ਜਿਹੜਾ ਭਾਈ ਲੋੜਵੰਦ ਆ, ਤੁਸੀਂ ਆਪਣੀ ਪਿੱਠ ਨਹੀਂ ਸਿਖਾਲਦੇ, ਪਰ ਤੁਸੀਂ ਸੰਤ ਸਿਪਾਹੀ ਬਣ ਕੇ ਮੋਹਰੇ ਡਟ ਕੇ ਸੇਵਾ ਕਰਨ ਨੂੰ ਤਿਆਰ ਆ। ਜਿੱਥੇ ਅਸੀਂ ਇਰਾਕ ਜਾਈਦਾ ਜਾਂ ਕਿਤੇ ਹੋਰ ਜਾਈਦਾ, ਸਾਡੇ ਸਾਥ ਇਹੀ ਹੁੰਦਾ ਭਾਈ ਅਸੀਂ ਜਿੰਦੇ ਸ਼ਹੀਦਾਂ, ਜੋ ਹੋ ਗਿਆ ਹੋ ਗਿਆ, ਸਾਨੂੰ ਗੁਰੂ ਤੇ ਭਰੋਸਾ, ਨਾ ਕੋਈ ਬਾਬੇ ਤੇ, ਨਾ ਕੋਈ ਹੋਰ ਕਿਤੇ ਬੰਦੇ ਜਾਂ ਉਧਰ ਕਿਸੇ ਕਹਿ ਲਓ ਭਾਈ ਤਬੀਤਾਂ ਪਾ ਕੇ, ਸਾਡਾ ਬਸ ਗੁਰੂ ਸਾਹਿਬ ਦੇ ਵਿੱਚ, ਸਾਡਾ ਗੁਰੂ ਸਾਹਿਬ ਦੇ ਨਾਲ ਸਾਡਾ ਭਰੋਸਾ ਆ, ਯਕੀਨ ਆ, ਸਾਰਾ ਕੁਝ ਸਾਨੂੰ ਗੁਰੂ ਸਾਹਿਬ ਤੋਂ ਮਿਲਦਾ ਤੇ ਸੰਗਤ ਤੋਂ ਮਿਲਦਾ। ਸਾਡੇ ਵੱਲੋਂ, ਸਾਡੇ ਗਰੁੱਪਾਂ ਵੱਲੋਂ, ਟਰਸਟੀਆਂ ਵੱਲੋਂ, ਸਾਡੇ ਸਾਰੇ ਵੱਲੋਂ ਤੁਹਾਡਾ ਧੰਨਵਾਦ, ਸਾਨੂੰ ਸਪੋਰਟ ਕੀਤੀ 20 ਸਾਲ। ਮੇਰੇ ਪਰਸਨਲ ਵੱਲੋਂ, ਅਸੀਂ ਆਪਣੇ ਵੱਲੋਂ ਮੈਂ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਵੀ, ਤੁਸੀਂ ਜੋ ਕੀਤੀ ਖਾਲਸਾ ਸ਼ੁਰੂ ਕੀਤੀ ਆ, ਸਾਡਾ ਜਦ ਸਾਥ ਦਿੱਤਾ ਤੁਸੀਂ ਬਣਾਈ ਖਾਲਸਾ ਏਡ, ਸਾਰੇ ਤੁਸੀਂ ਬਣਾਈ, ਅਸੀਂ ਨਹੀਂ ਬਣਾਈ। ਪਰ ਤੁਸੀਂ ਇਹ ਵੀ ਖਿਆਲ ਰੱਖਣਾ, ਇੱਕ ਤੁਸੀਂ ਇੱਕ ਬੰਦੇ ਨੂੰ ਜ਼ਿਆਦਾ ਚੱਕੋ ਨਾ ਉੱਪਰ, ਪਿਆਰ ਦੀ ਸਾਨੂੰ ਲੋੜ ਆ, ਤੁਹਾਡੀ ਪਿਆਰ ਦੀ। ਇਹ ਬੰਦੇ ਨੂੰ ਚੱਕੋ ਨਾ ਭਾਈ, ਬੰਦਾ ਜ਼ਿਆਦਾ ਬਣ ਜਾਵੇ ਤਾਂ ਜਿਹੜੀ ਸੰਸਦ ਬਣਾਈ ਥੱਲੇ ਡੁੱਬ ਜਾਵੇ। ਅਸੀਂ ਕਹਿੰਦੇ ਸੰਸਦ ਨੂੰ ਸਪੋਰਟ ਦੇਵੋ, ਅਸੀਂ ਤੁਹਾਨੂੰ ਮਿਲਾਂਗੇ ਆ ਕੇ, ਹੁਣ ਤੁਹਾਨੂੰ ਇੱਥੇ ਮੇਰੇ ਖਿਆਲ ਇੱਥੇ ਗਾਹਾਂ ਆ ਕੇ ਮਿਲਾਂਗੇ ਤੰਬੂ ਚ, ਸਾਰਿਆਂ ਨੂੰ ਪਿਆਰ ਜਿਹੜਾ ਤੁਹਾਡਾ ਆ ਸਾਨੂੰ ਮਹਿਸੂਸ ਹੁੰਦਾ। ਪਰ ਇੱਕ ਬੰਦੇ ਨੂੰ ਜ਼ਿਆਦਾ ਸਪੈਸ਼ਲ ਨਾ ਬਣਾਓ ਤੇ ਮਗਰੋਂ ਪਛਤਾਉਣਾ ਵੀ ਰਵੀ ਸਿੰਘ ਬਾਬਾ ਬਣ ਗਿਆ ਤੇ ਇੰਨੀਆਂ ਕਾਰਾਂ ਲੱਗ ਗਈਆਂ, ਲਾਲ ਬੱਤੀਆਂ ਬਣ ਲਈਆਂ, ਤਾਂ ਫਿਰ ਤੁਸੀਂ ਮੇਰੇ ਫਿਰ ਪਿੱਛੇ ਪੈ ਜਾਣਾ। ਅਸੀਂ ਬਿਲਕੁਲ ਸਿੰਪਲ ਬੰਦੇ ਆ, ਕਾਫੀ ਦਾ ਕੱਪ ਪੀ ਲਿਆ, ਚਾਹ ਦਾ ਕੱਪ ਪੀ ਲਿਆ, ਤੁਹਾਨੂੰ ਮਿਲ ਗਿਆ ਲਿਆ, ਤੁਹਾਨੂੰ ਹੈਲੋ ਫਤਿਹ ਬੁਲਾ ਲਈ, ਇਹ ਸਾਡੇ ਲਈ ਬਹੁਤ ਆ। ਸੋ ਅਗੇਨ ਬਹੁਤ ਧੰਨਵਾਦ ਓਰਗਨਾਈਜ਼ਰ ਉਹਨਾਂ ਦਾ ਤੇ ਸੰਗਤ ਦਾ, ਭਾਈ ਤੁਸੀਂ ਜੋ ਖਾਲਸਾ ਏਡ ਨੂੰ ਸਾਨੂੰ ਇੱਥੇ ਸੱਦਿਆ। ਕਈ ਵਾਰੀ ਸ਼ਾਇਦ ਗੱਲਾਂ ਕੌੜੀਆਂ ਲੱਗੀਆਂ ਹੋਣ, ਪਰ ਸੱਚਾਈ ਦੀ ਗੱਲ ਇੱਥੇ ਆਉਂਦੀ ਆ ਤੇ ਜੇ ਅਸੀਂ ਚੰਗੇ ਇਨਸਾਨ ਬਣਨਾ ਤੇ ਗੁਰੂ ਦੇ ਰਸਤੇ ਪਈਏ ਤੇ ਅਸੀਂ, ਜੇ ਉਹੀ ਗੱਲ ਮੁੜ ਕੇ ਆ ਜਾਂਦੀ ਆ, ਕਈ ਵਾਰੀ ਜਿਹੜੀ ਗੱਲ ਜ਼ਿਆਦਾ ਕੌੜੀ ਲੱਗਦੀ ਆ, ਅਸੀਂ ਉਹਦੀ ਭਾਈ ਮਾਫ਼ੀ ਨਹੀਂ ਮੰਗਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।